ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਅੱਜ ਜੋ ਅਸੀਂ ਸ਼ਬਦ ਸਿੱਖਣ ਜਾ ਰਹੇ ਹਾਂ ਜੀ, ਉਹ ਸ਼ਬਦ ਹੈ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇਸ ਸ਼ਬਦ ਨੂੰ ਉਚਾਰਿਆ ਹੈ ਜੀ ਭਾਈ ਗੁਰਦਾਸ ਜੀ ਨੇ, ਔਰ ਗਾਇਨ ਕੀਤਾ ਹੈ ਜੀ ਭਾਈ ਰਵਿੰਦਰ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੇ। ਅਸੀਂ ਇਸ ਸ਼ਬਦ ਨੂੰ ਅੱਜ ਸਿੱਖਣਾ ਹੈ ਜੀ। ਅਗਰ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਪਹਿਲਾਂ ਮੈਂ ਇਸ ਸ਼ਬਦ ਨੂੰ ਸੰਪੂਰਨ ਗਾਇਨ ਕਰਾਂਗਾ ਜੀ ਆਪਣੇ ਸਕੇਲ ਤੋਂ, ਉਸ ਤੋਂ ਬਾਅਦ ਅਸੀਂ ਇਸ ਸ਼ਬਦ ਨੂੰ ਸਿੱਖਾਂਗੇ ਜੀ। ਫਿਰ ਬਾਬਾ ਗਿਆ ਬਗਦਾਦ ਨੋ, ਬਾਹਰ ਜਾਏ ਕਿਆ ਅਸਥਾਨਾ, ਬਾਹਰ ਜਾਏ ਕਿਆ ਅਸਥਾਨਾ, ਬਾਹਰ ਜਾਏ ਕਿਆ ਅਸਥਾਨਾ। ਪੁੱਛਿਆ ਫਿਰ ਕੈ ਦਸਤਗੀਰ,
ਸੋਚਿਆ ਫਿਰ ਕੈ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ ਕੌਣ ਫਕੀਰ ਕਿਸ ਕਾ ਕਰਹਾਨਾ ਕੌਣ ਫਕੀਰ ਕਿਸ ਕਾ ਕਰਹਾਨਾ ਸ਼ਬਦ ਦਾ ਜੋ ਸਕੇਲ ਲਿਆ ਹੈ ਮੈਂ ਇਹ ਲਿਆ ਹੈ ਮੱਧ ਸਪਤਕ ਦਾ ਦੂਸਰਾ ਕਾਲਾ ਹੈ ਜੀ। ਇਸ ਸਕੇਲ ਦੇ ਉੱਪਰ ਇਸ ਸੁਰ ਦੇ ਉੱਪਰ ਕਿਹੜੇ ਕਿਹੜੇ ਸੁਰ ਲੱਗਣਗੇ ਪਹਿਲਾਂ ਅਸੀਂ ਉਹਨਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਜੀ। ਸ਼ੁੱਧ ਵੀ ਲੱਗਦਾ ਹੈ ਗਾਰੇ ਗਾਰੇ ਸਾ ਨੀ ਸਾ ਇੱਕ ਬਾਬਾ ਇੱਕ ਬਾਬਾ ਇੱਕ ਬਾਬਾ ਜੋ ਹੈ ਇਹਨਾਂ ਦੋਨਾਂ ਸੁਰਾਂ ਦੇ ਉੱਪਰ ਕੰਪਲੀਟ ਹੋ ਗਿਆ। ਇੱਕ ਬਾਬਾ ਮਰਦਾਨਾ
ਪੀਸ ਲੈ ਸਕਦੇ ਹੋ ਦੋ ਚਾਰ ਬਾਬੀ ਮਰਦਾਨਾ ਇਹ ਪੀਸ ਲੈ ਸਕਦੇ ਹੋ ਇਸ ਤੋਂ ਬਾਅਦ ਇੱਕ ਬਾਬਾ ਅਕਾਲ ਰੂਪ ਇੱਕ ਬਾਬਾ ਬਾਬਾ ਜੋ ਹੈ ਇੱਥੇ ਚੜਨਾ ਹੈ ਇੱਕ ਬਾਬਾ ਅੰਤਰਾ ਦੇਖਦੇ ਹਾਂ ਜੀ ਇਹਦੇ ਅੰਤਰੇ ਦੀ ਜੋ ਹੈ ਪਹਿਲੀ ਲਾਈਨ ਜੋ ਹੈ ਇਹ ਸਿਰਫ ਇੱਕ ਲਾਈਨ ਹੀ ਹੋਏਗੀ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਫਿਰ ਬਾਬਾ ਜੋ ਹੈ ਇਸਨੂੰ ਇਕੱਠਾ ਕਹਿਣਾ ਹੈ ਅਸੀਂ ਤਾਂ ਹੀ ਅਸੀਂ ਰਿਦਮ ਦੇ ਵਿੱਚ ਰਵਾਂਗੇ ਫਿਰ ਬਾਬਾ ਗਿਆ ਬਗਦਾਦ ਨੂੰ ਫਿਰ ਬਾਬਾ ਗਿਆ ਬਗਦਾਦ ਹਰ ਲਾਈਨ ਤੋਂ ਬਾਅਦ ਇੱਕ ਪੀਸ ਆਉਣਾ ਹੈ ਫਿਰ ਬਾਬਾ ਗਿਆ ਬਗਦਾਦ ਇੱਥੇ ਪੀਸ ਵਜਾਉਣਾ ਹੈ ਬਾਹਰ ਜਾਏ ਕੀਆ ਅਸਥਾਨਾ ਇਸ ਤੋਂ ਬਾਅਦ ਫਿਰ ਪੀਸ ਆਏਗਾ ਬਾਹਰ ਜਾਏ ਕੀਆ ਅਸਥਾਨਾ ਬਾਹਰ ਜਾਏ ਕੀਆ ਅਸਥਾਨਾ ਸਾਰੀਆਂ ਸਾਰੇ ਅੰਤਰਿਆਂ ਦੀਆਂ ਦੋ ਦੋ ਲਾਈਨਾਂ ਹੈ ਨੇ ਜੀ ਦੋ ਦੋ ਪੰਕਤੀਆਂ ਨੇ ਕਿਸ ਤਰ੍ਹਾਂ ਜੀ ਅਗਲਾ ਅੰਤਰਾ ਲੈਂਦੇ ਹਾਂ ਗਿੱਪੀ ਬਾਗਨ ਵਾਜ ਕਰੇ Thank you.
अगली लाइन अगली पंक्ति नाल ही लेनी है। सुन मुन नगरी पई सुन मुन नगरी पई देख पीर मैं आ है रन्ना ये लाइन फिर अभी दोबारा कहनी है। देख पीर पया है रन्ना इसके नाल ही देख पीर पया है रन्ना देख पीर पया है रन्ना एक बाबा अकाल रूप एक बाबा लगते हैं जी। वेखे ध्यान लगाए करे एक फकीर वड़ा मस्तन्ना दोबारा फिर अपनी लाइन एक फकीर वड़ा मस्तन्ना इसके नाल ही दूसरी लाइन पुछिया फिर के दस्तगीर फिर के दस्तगीर कौन फकीर किसका करहाना कौन फकीर किसका करहाना ये नारी ले लेना है। कौन फकीर किसका करहाना एक बाबा एक बाबा अकाल रूप एक बाबा एक बाबा नानक कल विच आया नानक कल विच आया रब फकीर इको पहचाना ये जो लाइन है इसनू दोबारा कह के अगली जो लाइन है उसनू असी दोबारा फिर नीचे आना है नीचे स्थाई दे उपर वो किस तरह आना है नानक कल विच आया नानक कल विच
आया रब फकीर इको पहचाना धरत आकाश चहूं दिस जाना। ये लाइन जो है इतने खत्म करनी है। वाहिगुरु जी का खालसा, वाहिगुरु जी की फतेह।